ਅੱਜ ਕਿਸਾਨ ਦਿਵਸ ਉਤਸਵ ਮੌਕੇ ਅੰਮ੍ਰਿਤਸਰ ਦੇ ਵਿੱਚ ਕਰਮਜੀਤ ਸਿੰਘ ਰਿੰਟੂ ਜੋ ਕਿ ਅੰਮ੍ਰਿਤਸਰ ਦੇ ਮੇਅਰ ਨੇ ਨਾਲ ਦੇ ਨਾਲ ਹੀ ਪਾਰਸ਼ਦ ਉਹਨਾਂ ਦੇ ਨਾਲ ਸਮਰਥਨ ਦੇ ਰਹੇ ਨੇ ਕਿਸਾਨਾਂ ਦਾ ਤੇ ਭੁੱਖ ਹੜਤਾਲ ਜਿਹੜੀ ਰੱਖੀ ਗਈ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਅਲੱਗ ਅਲੱਗ ਜਿਹੜੇ ਇਲਾਕਿਆਂ ਦੇ ਜਿਹੜੇ ਕਿ ਵਾਰਡਾਂ ਦੇ ਕੌਂਸਲਰ ਨੇ ਉਹਨਾਂ ਦੇ ਨਾਲ ਜਿਹੜੇ ਕਰਮਜੀਤ ਸਿੰਘ ਰਿੰਟੂ ਮੇਅਰ ਨੇ ਉਹਨਾਂ ਦੇ ਵੱਲੋਂ ਅੱਜ ਭੁੱਖ ਹੜਤਾਲ ਰੱਖੀ ਗਈ ਹੈ ਵੱਡੇ ਪੱਧਰ ਦੇ ਉੱਤੇ ਸਮਰਥਨ ਦਿੱਤਾ ਜਾ ਰਿਹਾ ਕਿਸਾਨਾਂ ਦਾ ਪਹਿਲਾਂ ਵੀ ਕਾਂਗਰਸ ਵੱਲੋਂ ਸਮਰਥਨ ਕੀਤਾ ਗਿਆ ਸੀ ਮਮਤਾ ਦੱਤਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਹਾਂ ਮੈਮ ਵੱਡਾ ਸਮਰਥਨ ਪਹਿਲਾਂ ਵੀ ਦਿੱਤਾ ਗਿਆ ਸੀ ਕਾਂਗਰਸ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਇੱਕ ਵਾਰ ਫਿਰ ਤੋਂ ਭੁੱਖ ਹੜਤਾਲ ਰੱਖੀ ਗਈ ਆਖਿਰਕਾਰ ਰੀਜ਼ਨ ਕੀ ਹੈ ਕਿਉਂ ਅੰਨਦਾਤਾ ਸੜਕਾਂ ਤੇ ਹੈ ਕਿਉਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਅੱਜ ਅਸੀਂ ਮੇਅਰ ਕਰਮਜੀਤ ਸਿੰਘ ਰਿੰਟੂ ਜੀ ਦੀ ਅਗਵਾਈ ਦੇ ਵੀ ਸਾਰੇ ਕੌਂਸਲਰ ਸਾਥੀ ਅੱਜ ਸਵੇਰੇ 10:30 ਤੋਂ ਲੈ ਕੇ 4 ਵਜੇ ਤੱਕ ਆਪਣੇ ਕਿਸਾਨ ਭਰਾਵਾਂ ਦੇ ਸਮਰਥਨ ਦੇ ਵਿੱਚ ਭੁੱਖ ਹੜਤਾਲ ਤੇ ਬੈਠੇ ਆ ਔਰ ਜਦੋਂ ਤੋਂ ਇਹ ਜਿਹੜਾ ਇਹ ਕਾਨੂੰਨ ਲਾਗੂ ਕੀਤੇ ਗਏ ਨੇ ਉਦੋਂ ਤੋਂ ਸਾਡੀ ਪੰਜਾਬ ਗਵਰਨਮੈਂਟ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਬਿਲਕੁਲ ਸਾਡੇ ਕਿਸਾਨ ਭਰਾਵਾਂ ਦੇ ਨਾਲ ਨੇ ਔਰ ਉਹਨਾਂ ਦੇ ਹੱਕ ਦੇ ਵਾਸਤੇ ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਸੀ ਕਿ ਜੇ ਮੈਨੂੰ ਅਸਤੀਫਾ ਵੀ ਦੇਣਾ ਪਏਗਾ ਤੇ ਦੇਣਗੇ ਔਰ ਹਮੇਸ਼ਾ ਹੀ ਉਹਨਾਂ ਨੇ ਇਸ ਚੀਜ਼ ਦੇ ਨਾਲ ਉਹ ਡਟੇ ਹੋਏ ਨੇ ਤੇ ਅਸੀਂ ਵੀ ਆਪਣੀ ਸਰਕਾਰ ਦੇ ਨਾਲ ਆ ਆਪਣੇ ਕਿਸਾਨ ਭਰਾਵਾਂ ਦੇ ਨਾਲ ਆ ਐਜ਼ ਏ ਮਹਿਲਾ ਕਾਂਗਰਸ ਪ੍ਰੈਜ਼ੀਡੈਂਟ ਵੀ ਮੈਂ ਕਹਿੰਦੀ ਹਾਂ ਕਿ ਜਿੱਥੇ ਸਾਡੀ ਡਿਊਟੀ ਲੱਗਦੀ ਹੈ ਅਸੀਂ ਉੱਥੇ ਜਾਂਦੇ ਵੀ ਆ ਔਰ ਜਾਵਾਂਗੇ ਵੀ ਅੱਧੀ ਰਾਤ ਨੂੰ ਸਾਡੇ ਭਰਾ ਸਾਨੂੰ ਆਵਾਜ਼ ਮਾਰਨਗੇ ਤੇ ਅਸੀਂ ਉੱਥੇ ਪਹੁੰਚਾਂਗੇ ਪਰ ਬੜੇ ਸ਼ਰਮ ਦੀ ਗੱਲ ਹੈ ਕਿ ਮੋਦੀ ਸਰਕਾਰ ਜਿਹੜੀ ਕਿ ਇੱਕ ਤਾਨਾਸ਼ਾਹੀ ਰਵਈਆ ਅਪਣਾ ਕੇ ਇਹ ਸਭ ਕਰ ਰਹੀ ਹੈ ਜਿਹੜਾ ਸਾਡਾ ਕਿਸਾਨ ਭਰਾ ਸਾਡੇ ਦੇਸ਼ ਦਾ ਅੰਨਦਾਤਾ ਹੈ ਜਿਹੜੇ ਸਾਡੇ ਦੇਸ਼ ਦਾ ਪੇਟ ਪਾਲਦਾ ਹੈ ਪਰ ਲੇਕਿਨ ਜਿਹੜੇ ਮੋਦੀ ਜੀ ਨੇ ਸੁੱਤੇ ਪਏ ਨੇ ਇਹਨਾਂ ਦੀ ਸਰਕਾਰ ਗੂੰਗੀ ਤੇ ਬੋਲੀ ਸਰਕਾਰ ਹੈ ਤੁਸੀਂ ਅਕਸਰ ਹੀ ਵੇਖਦੇ ਹੋ ਕਿ ਅਸੀਂ ਹਮੇਸ਼ਾ ਹੀ ਹਰ ਮੁੱਦੇ ਦੇ ਉੱਤੇ ਇਹਨਾਂ ਨੂੰ ਘੇਰਦੇ ਆ ਪਰ ਇਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਇੱਕ ਬੜੇ ਦੁੱਖ ਦੀ ਤੇ ਸ਼ਰਮ ਦੀ ਗੱਲ ਹੈ ਮੋਦੀ ਜੀ ਮੈਡਮ ਤੁਸੀਂ ਅਸਤੀਫੇ ਦੀ ਗੱਲ ਕੀਤੀ ਹੈ ਕਿ ਅਸਤੀਫਾ ਵੀ ਦੇ ਸਕਦੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਲੇਕਿਨ ਭਾਜਪਾ ਦੇ ਆਗੂ ਕਹਿ ਰਹੇ ਨੇ ਤਾਂ ਪਬਲਿਕਲੀ ਸਟੰਟ ਇਹ ਤੇ ਇਹਨਾਂ ਦੇ ਕਹਿਣ ਦੇ ਨਾਲ ਕਿਹੜੀ ਗੱਲ ਹੁੰਦੀ ਹੈ ਸਭ ਸਮਝਦੇ ਨੇ ਇਸ ਗੱਲ ਨੂੰ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਜਿਹੜੀ ਸੋਚ ਹੈ ਉਹ ਕਰਕੇ ਦਿਖਾਉਂਦੇ ਨੇ ਉਹਨਾਂ ਦੇ ਉਹ ਗੱਲਾਂ 'ਚ ਨਹੀਂ ਕਰਦੇ ਉਹ ਸ਼ੋਸ਼ੇ ਨਹੀਂ ਛੱਡਦੇ ਉਹ ਜਿਹੜੇ ਕਿ ਆਪਣੇ ਮੋਦੀ ਜੀ ਨੇ ਇਹ ਸ਼ੋਸ਼ੇ ਦੀਆਂ ਗੱਲਾਂ ਕਰਦੇ ਨੇ ਸ਼ੋਸ਼ੇ ਦੀ ਸਰਕਾਰ ਹੈ ਇਹ ਕਰਦੇ ਕੱਟਦੇ ਦਿਖਾਉਂਦੇ ਜ਼ਿਆਦਾ ਨੇ ਜਿੰਨੀਆਂ ਗੱਲਾਂ ਕਰਦੇ ਨੇ ਤੁਸੀਂ ਉੱਥੇ ਤੋਂ ਆਈਡੀਆ ਲਗਾ ਸਕਦੇ ਹੋ ਕਿ ਅੱਜ ਜਿਹੜਾ ਸਾਡਾ ਕਿਸਾਨਾਂ ਦਾ ਅੰਦੋਲਨ ਉਹ ਜਨ ਅੰਦੋਲਨ ਬਣ ਕੇ ਬਹਿ ਗਿਆ ਔਰ ਵਿਦਰੋਹ ਤੁਸੀਂ ਦੇਖਦੇ ਹੋ ਹਰ ਜਗ੍ਹਾ ਤੇ ਹਰ ਦੇਸ਼ ਵਿੱਚ ਹਰ ਦੇਸ਼ ਦੇ ਕੋਨੇ ਕੋਨੇ ਤੋਂ ਵਿਦਰੋਹ ਨਜ਼ਰ ਆ ਰਿਹਾ ਹੈ ਇਹ ਜਿਹੜਾ ਇਹ ਉਹਨਾਂ ਦੀ ਕਥਨੀ ਤੇ ਕਰਨੀ 'ਚ ਫਰਕ ਹੈ ਲੇਕਿਨ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਕਰਨੀ ਜਿਹੜੀ ਹੈ ਬਿਲਕੁਲ ਸੱਚੀ ਤੇ ਸੱਚੀ ਸਾਬਤ ਹੋਈ ਔਰ ਸੱਚੀ ਹੈ ਪਰ ਆਖਿਰਕਾਰ ਵਜ੍ਹਾ ਕਿਉਂ ਭਾਜਪਾ ਦੇ ਆਗੂ ਬਾਰ-ਬਾਰ ਇਹ ਇਲੈਕਸ਼ਨ ਲਗਾ ਰਹੇ ਨੇ ਤੁਹਾਡੇ ਉੱਤੇ ਕਾਂਗਰਸੀਆਂ ਦੇ ਉੱਤੇ ਕਿ ਵਰਗਲਾਇਆ ਜਾ ਰਿਹਾ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਕਾਨੂੰਨ ਲੈ ਕੇ ਆਏ ਨੇ ਉਹ ਬਿਲਕੁਲ ਹੱਕ ਦੇ ਵਿੱਚ ਨੇ ਇਹ ਜਿਹੜਾ ਭੜਕਾਉਣ ਦਾ ਕੰਮ ਹੈ ਉਹ ਕਾਂਗਰਸ ਕਰ ਰਹੀ ਹੈ ਬਿਲਕੁਲ ਸਰਾਸਰ ਇਹ ਚੀਜ਼ ਜਿਹੜੀ ਹੈ ਬਿਲਕੁਲ ਗਲਤ ਹੈ ਕਿਉਂਕਿ ਮੈਂ ਤੁਹਾਨੂੰ ਪਹਿਲੇ ਇਹ ਗੱਲ ਕਹਿ ਚੁੱਕੀ ਹਾਂ ਕਿ ਉਹਨਾਂ ਦੀ ਕਥਨੀ ਤੇ ਕਰਨੀ ਦੇ ਵਿੱਚ ਬਿਲਕੁਲ ਫਰਕ ਹੈ ਕਿਉਂਕਿ ਕਿਸਾਨ ਜਿਹੜੇ ਨੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਹੱਕ ਦੀ ਜਿਹੜੀ ਗੱਲ ਹੈ ਉਹ ਹੱਕ ਦੀ ਜੇ ਹੁੰਦੀ ਤੇ ਉਹ ਇੰਨਾ ਵਿਦਰੋਹ ਨਾ ਸੀ ਅੱਜ ਇੰਨੇ ਦਿਨ ਹੋ ਗਏ ਨੇ ਇੰਨੀ ਠੰਡ ਦੇ ਵਿੱਚ ਹਰ ਕੋਈ ਜਿਹੜਾ ਸਾਡਾ ਕਿਸਾਨ ਭਰਾ ਹੈ ਉਹਦਾ ਪਰਿਵਾਰ ਚਾਹੇ ਬੱਚੇ ਤੋਂ ਛੋਟੇ ਤੋਂ ਲੈ ਕੇ ਬੱਚੇ ਤੱਕ ਔਰ ਵੱਡੇ ਤੋਂ ਲੈ ਕੇ ਬਜ਼ੁਰਗ ਤੱਕ ਸਾਡੀਆਂ ਭੈਣਾਂ ਮਾਤਾਵਾਂ ਭਰਾ ਸਾਰੇ ਜਿਹੜੇ ਉੱਥੇ ਬੈਠੇ ਨੇ ਜੇ ਉਹਨਾਂ ਦੇ ਹੱਕ ਦੀ ਗੱਲ ਹੁੰਦੀ ਤੇ ਉਹ ਇਸ ਤਰੀਕੇ ਦੇ ਨਾਲ ਇੰਨੀ ਠੰਡ ਦੇ ਵਿੱਚ ਉੱਥੇ ਵਿਦਰੋਹ ਕਰਨ ਵਾਸਤੇ ਬੈਠਦੇ ਲੇਕਿਨ ਵਾਰ-ਵਾਰ ਮੀਟਿੰਗ ਲਈ ਬੁਲਾਇਆ ਜਾਂਦਾ ਸਿੱਟਾ ਕੋਈ ਨਹੀਂ ਨਿਕਲਦਾ ਆਖਿਰਕਾਰ ਵਜ੍ਹਾ ਕੀ ਹੈ ਕਿਉਂ ਵਾਰ-ਵਾਰ ਫਿਰ ਮੀਟਿੰਗ ਲਈ ਬੁਲਾਇਆ ਜਾਂਦਾ ਕਿਉਂ ਹੁਣ ਕਹਿ ਰਹੇ ਨੇ ਕਿ APMC ਐਕਟ ਜਿਹੜਾ ਹੁਣ APMC ਖਤਮ ਨਹੀਂ ਹੋਊਗਾ MSP ਖਤਮ ਨਹੀਂ ਹੋਊਗੀ ਜੇ ਪਹਿਲਾਂ ਹੀ ਇਹ ਸਭ ਕਰ ਦਿੰਦੇ ਤਾਂ ਸ਼ਾਇਦ ਇਹ ਧਰਨਿਆਂ ਦੀ ਲੋੜ ਨਾ ਪੈਂਦੀ ਬਿਲਕੁਲ ਇਹ ਇਹਨਾਂ ਦੀ ਮੈਂ ਪਹਿਲੀ ਗੱਲ ਜਿਹੜੀ ਕਹੀ ਕਿ ਇਹਨਾਂ ਦੀ ਕਥਨੀ ਤੇ ਕਰਨੀ ਦੇ ਵਿੱਚ ਬਹੁਤ ਫਰਕ ਹੈ ਇਹ ਵਰਗਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਸਾਡੇ ਪੰਜਾਬ ਦੇ ਕਿਸਾਨ ਸਾਡੇ ਕਿਸਾਨ ਵੀਰ ਜਿਹੜੇ ਨੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਉਣ ਵਾਲੇ ਨਹੀਂ ਉਹ ਕਿਸੇ ਤਰੀਕੇ ਦੇ ਨਾਲ ਜੇ ਸੋਚਦੇ ਨੇ ਕਿ ਜਜ਼ਬਾ ਸ਼ਾਂਤ ਹੋ ਜਾਏਗਾ ਜੇ ਜਜ਼ਬਾ ਹੋਰ ਵਧਣਾ ਇਹ ਦਿਨ ਪ੍ਰਤੀ ਦਿਨ ਇਹ ਜਿਹੜਾ ਅੰਦੋਲਨ ਹੈ ਹੋਰ ਵਧਦਾ ਜਾਏਗਾ ਜਦੋਂ ਤੱਕ ਇਹ ਜਿਹੜੇ ਕਿਸਾਨਾਂ ਦੇ ਹੱਕ ਦੇ ਜਿਹੜੇ ਇਹਨਾਂ ਨੇ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਕਾਨੂੰਨ ਪਾਸ ਕੀਤੇ ਜਦ ਤੱਕ ਇਹ ਵਾਪਸ ਨਹੀਂ ਲੈ ਲੈਂਦੇ ਉਦੋਂ ਤੱਕ ਜਿਹੜਾ ਇਹ ਵਿਦਰੋਹ ਹੈ ਹੋਰ ਵਧਦਾ ਜਾਏਗਾ ਬਿਲਕੁਲ ਅਸੀਂ ਤੁਹਾਨੂੰ ਤਸਵੀਰਾਂ ਜਿਹੜੀਆਂ ਅੰਮ੍ਰਿਤਸਰ ਦੀਆਂ ਦਿਖਾ ਰਹੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਅਲੱਗ ਅਲੱਗ ਜਿਹੜੇ ਕਾਉਂਸਲਰਸ ਨੇ ਉਹ ਵੀ ਇੱਥੇ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਬੈਨਰ ਜਿਹੜੇ ਫੜੇ ਹੋਏ ਨੇ ਕਾਲੇ ਕਾਨੂੰਨ ਵਾਪਸ ਲਓ ਤਾਂ ਇੱਕ ਬੈਨਰ ਜਿਹੜਾ ਪਿੱਛੇ ਲੱਗਿਆ ਹੈ ਕਿਸਾਨ ਦਿਵਸ ਮੌਕੇ ਕਿਸਾਨਾਂ ਦੇ ਹੱਕ ਦੇ ਲਈ ਉਹਨਾਂ ਦੇ ਸਮਰਥਨ ਵਿੱਚ ਮੇਅਰ ਅਤੇ ਕੌਂਸਲਰ ਵੱਲੋਂ ਇੱਕ ਦਿਨ ਦੀ ਭੁੱਖ ਹੜਤਾਲ ਜਿਹੜੀ ਰੱਖੀ ਗਈ ਤੇ ਇਸ ਸਮੇਂ ਹੁੰਦਲਦੀਪ ਸਿੰਘ ਜੇਪੀ ਵਾਰਡ ਨੰਬਰ 20 ਦੇ ਜਿਹੜੇ ਕਾਉਂਸਲਰ ਨੇ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਵੀ ਸਮਰਥਨ ਕਾਂਗਰਸ ਵੱਲੋਂ ਕੀਤਾ ਗਿਆ ਸੀ ਇੱਕ ਵਾਰ ਫੇਰ ਹੁਣ ਭੁੱਖ ਹੜਤਾਲ ਆਖਿਰਕਾਰ ਮੰਗਾਂ ਕਿਉਂ ਨਹੀਂ ਮੰਨਦੇ ਦੇਖੋ ਜੀ ਅੱਜ ਸਰਦਾਰ ਕਰਮਜੀਤ ਸਿੰਘ ਰਿੰਟੂ ਸਾਡੇ ਮੇਅਰ ਉਹਨਾਂ ਦੀ ਰਹਿਨਮਾਈ ਦੇ ਵਿੱਚ ਅੱਜ ਜਿਹੜਾ ਰੋਸ ਪ੍ਰਦਰਸ਼ਨ ਭੁੱਖ ਹੜਤਾਲ ਰੱਖੀ ਗਈ ਹੈ ਪ੍ਰੋਟੈਸਟ ਕਰਨ ਦੇ ਵਾਸਤੇ ਉਹਦੇ ਵਿੱਚ ਬੈਠੇ ਹਾਂ ਸੋ
ਸੋ ਕਿਸਾਨ ਦੀ ਜਿਹੜੀ ਗੱਲ ਆ ਉਹ ਮੰਨਣੀ ਚਾਹੀਦੀ ਆ, ਜਿਸ ਚੀਜ਼ ਦੇ ਨਾਲ ਦੇਸ਼ ਦਾ ਭਲਾ ਹੁੰਦਾ ਵਾ ਉਹ ਕਰਨਾ ਚਾਹੀਦਾ। ਲੇਕਿਨ ਆਖਿਰਕਾਰ ਵਜ੍ਹਾ ਕੀ, ਕਿਉਂ ਅੰਨਦਾਤਾ ਕਿਸਾਨ ਜਿਹੜਾ ਹੈ ਉਹ ਸੜਕਾਂ ਦੇ ਉੱਤੇ ਰੁਲ ਰਿਹਾ, ਕਿਉਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ? ਵੱਡੇ ਪੱਧਰ ਤੇ ਤਾਂ ਸਮਰਥਨ ਪਹਿਲਾਂ ਵੀ ਤਾਂ ਦਿੱਤਾ ਗਿਆ ਸੀ, ਲੇਕਿਨ ਦੂਸਰੇ ਪਾਸੇ ਅਗਰ ਗੱਲ ਕਰੀਏ ਕਿਸਾਨਾਂ ਦੀ ਤਾਂ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਕਿਸੇ ਵੀ ਪਾਰਟੀ ਦਾ ਜਿਹੜਾ ਸਮਰਥਨ ਨਹੀਂ ਚਾਹੀਦਾ, ਅਸੀਂ ਸਾਡੀ ਆਪਣੀ ਜੰਗ ਹੈ। ਲੇਕਿਨ ਦੂਸਰੇ ਪਾਸੇ ਭਾਜਪਾ ਦੇ ਜਿਹੜੇ ਆਗੂ ਨੇ ਉਹ ਕਹਿ ਰਹੇ ਨੇ ਕਿ ਜਿੰਨੇ ਵੀ ਕਾਂਗਰਸੀ ਨੇ ਉਹ ਸਿਰਫ ਵਰਗਲਾ ਰਹੇ ਨੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ। ਦੇਖੋ ਜੀ, ਸਾਡਾ ਅਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅੱਜ ਇੱਥੇ ਬੈਠੇ ਹਾਂ। ਮੈਂ ਵੀ ਕਿਸਾਨੀ ਵਰਗ ਦੇ ਨਾਲ ਸੰਬੰਧ ਰੱਖਦਾ ਵਾਂ, ਔਰ ਅੱਜ ਸਭ ਵਰਗਾਂ ਦੇ ਲੋਕ ਉਹ ਕਿਸਾਨ ਦੇ ਨਾਲ ਨੇ। ਅੱਜ ਹਿੰਦੁਸਤਾਨ ਦਾ ਸਮੁੱਚਾ ਜਿਹੜਾ ਕਿਸਾਨ ਆ, ਹਾਂ ਇਹ ਹੈਗਾ ਕਿ ਪਹਿਲ ਕਦਮੀ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਕੀਤੀ ਆ। ਅੱਜ ਹਰਿਆਣੇ ਦੇ ਜਿਹੜਾ ਕਿਸਾਨ ਆ, ਹਿੰਦੂ ਭਾਈਚਾਰਾ ਵਾ, ਅੱਜ ਵੇਖੋ ਕਿੱਡੀ ਵੱਡੀ ਗਿਣਤੀ ਦੇ ਵਿੱਚ ਉਹ ਉਸ ਮੂਵਮੈਂਟ ਦੇ ਵਿੱਚ ਕੁੱਦਿਆ ਪਿਆ ਵਾ, ਉਹਨਾਂ ਨੇ ਲੰਗਰ ਲਵਾਏ ਹੋਏ ਆ, ਹਰ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਸੇਵਾ ਕਰ ਰਹੇ ਆ, ਉਹਨਾਂ ਦਾ ਸਾਥ ਦੇ ਰਹੇ ਆ। ਸੋ ਸਭ ਵਰਗਾਂ ਦਾ ਜਿਹੜਾ ਇਹ ਸਾਂਝਾ ਇੱਕ ਮੂਵਮੈਂਟ ਆ, ਇਹਦੇ ਵਿੱਚ ਸਰਕਾਰ ਨੂੰ ਜਿਹੜੀ ਗੱਲ ਮੰਨਣ ਵਾਲੀ ਮੰਨਣ ਯੋਗ ਹੈਗੀ ਆ ਉਹ ਜ਼ਰੂਰ ਮੰਨਣੀ ਚਾਹੀਦੀ ਆ, ਸਿਰਫ ਜਿੱਦ ਨਹੀਂ ਕਰਨੀ ਚਾਹੀਦੀ ਕਿਸੇ ਵੀ ਗੱਲ ਦੇ ਉੱਤੇ। ਜਿਹੜੀ ਚੀਜ਼ ਗਲਤ ਆ, ਜੋ ਲੋਕ ਗਲਤ ਕਹਿ ਰਹੇ ਆ, ਕਿਸਾਨ ਗਲਤ ਮੰਨ ਰਹੇ ਆ, ਜਿਨ੍ਹਾਂ ਦੇ ਨਾਲ ਸੰਬੰਧਿਤ ਇਹ ਮੁੱਦਾ ਵਾ, ਜੇ ਉਹ ਮੰਨਦੇ ਆ ਵੀ ਇਹ ਮੁੱਦਾ ਗਲਤ ਆ, ਇਹ ਜਿਹੜੇ ਬਿੱਲ ਹੈਗੇ ਆ ਇਹਨਾਂ ਨਾਲ ਨੁਕਸਾਨ ਆ, ਤੇ ਫਿਰ ਸਰਕਾਰ ਨੂੰ ਕਿਸਾਨਾਂ ਦੇ ਹੱਕ ਦੀ ਗੱਲ ਕਰਨੀ ਚਾਹੀਦੀ। ਕ੍ਰਿਸ਼ੀ ਮੰਤਰੀ ਜਿਹੜੇ ਨੇ ਹੁਣ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਗਰੰਟੀ ਦੇਣ ਨੂੰ ਤਿਆਰ ਹਾਂ, APMC ਜਿਹੜਾ ਹੈ ਉਹ ਖਤਮ ਨਹੀਂ ਹੋਏਗਾ। ਦੇਖੋ ਜੀ, ਤੋਮਰ ਸਾਹਿਬ ਕਈ ਵਾਰੀ ਬੈਠੇ ਤੇ ਕਈ ਵਾਰੀ ਉਹਨਾਂ ਨੇ ਮਤਲਬ ਆਪਣੀਆਂ ਗੱਲਾਂ ਜਿਹੜੀਆਂ ਹੈਗੀਆਂ ਵਾ ਘੁੰਮ ਘੁਮਾ ਕੇ ਕਦੀ ਕੁਝ ਗੱਲ ਕਰਦੇ ਆ, ਕਦੀ ਕੁਝ ਗੱਲ ਕਰਦੇ ਆ, ਉਹਦੇ ਵਾਸਤੇ ਕਦੀ ਇਹ ਕਹਿੰਦੇ ਆ ਜੀ ਤੁਸੀਂ 5 ਮੈਂਬਰੀ ਕਮੇਟੀ ਬਣਾ ਲਓ ਕਿਸਾਨਾਂ ਨੂੰ ਤਾਰ ਜਿਹੜਾ ਹੈਗਾ ਤੋੜਨ ਵਾਸਤੇ। ਸੋ ਉਹ ਜਾਣ ਬੁੱਝ ਕੇ ਸੰਘਰਸ਼ ਨੂੰ ਜਿਹੜਾ ਹੈਗਾ ਵਾ ਖਰਾਬ ਕਰਨਾ ਚਾਹੁੰਦੇ ਆ। ਉਹਨਾਂ ਨੂੰ ਖੁੱਲ੍ਹ ਦਿਲੀ ਦੇ ਨਾਲ ਇਹਨਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਜੋ ਸਹੀ ਗੱਲ ਹੈਗੀ ਆ ਉਹ ਤਾਂ ਮੰਨਣੀ ਪੈਣੀ ਆ, ਉਹ ਮੰਨਣਗੇ ਵੀ। ਲੇਕਿਨ ਜੇ ਉਹਦੇ ਨਾਲ ਲੰਮਾ ਸਮਾਂ ਵੀ ਲੰਘਣਾ ਪਿਆ ਤੇ ਜਿਸ ਤਰ੍ਹਾਂ ਕਿਸਾਨ ਡਟੇ ਹੋਏ ਆ, ਅਸੀਂ ਸਾਰੇ ਵਰਗਾਂ ਦੇ ਲੋਕ ਜਿਹੜੇ ਆ ਉਹ ਅਸੀਂ ਉਹਨਾਂ ਦਾ ਸਾਥ ਦੇ ਰਹੇ ਹਾਂ। ਬਿਲਕੁਲ, ਇਹ ਸਨ ਵਾਰਡ ਨੰਬਰ 20 ਦੇ ਜਿਹੜੇ ਕੌਂਸਲਰ ਨੇ ਹੁੰਦਲਦੀਪ ਸਿੰਘ, ਜਿਨ੍ਹਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਵੱਲੋਂ ਪਹਿਲਾਂ ਵੀ ਸਮਰਥਨ ਦਿੱਤਾ ਗਿਆ ਸੀ, ਹੁਣ ਵੀ ਇੱਕ ਵਾਰ ਫੇਰ ਤੋਂ ਵੱਡਾ ਸਮਰਥਨ ਇਹਨਾਂ ਵੱਲੋਂ ਦਿੱਤਾ ਗਿਆ। ਭੁੱਖ ਹੜਤਾਲ ਰੱਖੀ ਗਈ ਹੈ ਤਾਂ ਕਰਮਜੀਤ ਸਿੰਘ ਰਿੰਟੂ ਜੋ ਕਿ ਅੰਮ੍ਰਿਤਸਰ ਦੇ ਮੇਅਰ ਨੇ ਉਹ ਵੀ ਇੱਥੇ ਭੁੱਖ ਹੜਤਾਲ ਦੇ ਵਿੱਚ ਸ਼ਾਮਿਲ ਨੇ, ਤਾਂ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ। ਪਰ ਕਿਸਾਨਾਂ ਨੂੰ 60 ਦਿਨ ਤੋਂ ਜ਼ਿਆਦਾ ਹੋ ਚੁੱਕਾ ਹੈ, ਤਾਂ ਬਾਰ ਬਾਰ ਇੱਕੋ ਹੀ ਗੱਲ ਆਖੀ ਜਾ ਰਹੀ ਹੈ ਕਿ ਇਨਸਾਫ਼ ਦਿਓ ਇਨਸਾਫ਼ ਦਿਓ, ਲੇਕਿਨ ਕਿਸਾਨਾਂ ਨੂੰ ਇਨਸਾਫ਼ ਕਿਉਂ ਨਹੀਂ ਦਿੱਤਾ ਜਾ ਰਿਹਾ, ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਕਿਉਂ ਨਹੀਂ ਮਿਲ ਰਿਹਾ? ਇਹ ਤਾਂ ਹੁਣ ਮੋਦੀ ਸਾਹਿਬ ਦੱਸ ਸਕਦੇ, ਅਸੀਂ ਤਾਂ ਸਾਰੇ ਉਦੋਂ ਤੱਕ ਡੱਟ ਕੇ ਉਹਨਾਂ ਦੇ ਖਿਲਾਫ਼ ਲੱਗੇ ਹਾਂ ਜਦ ਤੱਕ ਉਹ ਹੱਕ ਨਹੀਂ ਦੇਣਗੇ। ਲੇਕਿਨ ਉਹ ਕਹਿ ਰਹੇ ਨੇ ਹੁਣ ਕਿ APMC ਜਿਹੜਾ ਹੈ ਅਸੀਂ ਖਤਮ ਨਹੀਂ ਕਰਾਂਗੇ, ਅਸੀਂ ਗਰੰਟੀ ਦੇ ਰਹੇ ਹਾਂ। ਉਹ ਜੋ ਕਹਿ ਰਹੇ ਉਹਨਾਂ ਦੀ ਕਿਸੇ ਨਹੀਂ ਸੁਣਨੀ, ਜੋ ਕਿਸਾਨ ਕਹਿ ਰਹੇ ਉਹਨਾਂ ਦੀ ਸੁਣਨੀ ਪੈਣੀ। ਤਾਂ ਬਾਰ ਬਾਰ ਇੱਕ ਗੱਲ ਆਖੀ ਜਾਂਦੀ ਹੈ ਧਰਨੇ ਦੇ ਵਿੱਚ ਕਿ ਕਿਸਾਨ ਜਿਹੜਾ ਹੈ ਕਿਸਾਨ ਨਹੀਂ ਪਹੁੰਚਿਆ ਉੱਥੇ, ਖਾਲਿਸਤਾਨੀ ਪਹੁੰਚੇ ਹੋਏ ਨੇ, ਨਾਰੇ ਲੱਗ ਰਹੇ ਨੇ, ਇਸ ਤਰੀਕੇ ਦੀ ਸ਼ਬਦਾਵਲੀ ਜਿਹੜੀ ਹੈ ਭਾਜਪਾ ਦੇ ਆਗੂਆਂ ਵੱਲੋਂ ਯੂਜ਼ ਕੀਤੀ ਜਾ ਰਹੀ ਹੈ। ਬਾਰ ਬਾਰ ਉਹਨਾਂ ਨੂੰ ਖਾਲਿਸਤਾਨੀ ਕਿਹਾ ਜਾਂਦਾ ਹੈ, ਬਾਰ ਬਾਰ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ। ਫਿਰ ਉਹਨਾਂ ਦੇ ਖਿਲਾਫ਼ ਕਾਰਵਾਈ ਕਿਉਂ ਨਹੀਂ ਕਰਦੇ? ਠੀਕ ਹੈ, ਉਹ ਲੋਕਾਂ ਨੂੰ BJP ਦੀ ਮਕਾਰੀ, ਝੂਠ, ਫਰੇਬ, ਜੋ ਦੇਸ਼ ਨੂੰ ਬਰਬਾਦ ਕਰਨ ਵਾਲੀਆਂ ਨੀਤੀਆਂ ਉਹਨਾਂ ਦੀ ਸਮਝ ਆ ਗਈ, ਉਹਨਾਂ ਦੀ ਬਕਵਾਸ ਕਿਸੇ ਨੇ ਨਹੀਂ ਸੁਣਨੀ। ਠੀਕ ਹੈ, ਉਹ ਜਿੰਨੀ ਜਲਦੀ ਅਕਲ ਕਰ ਲੈਣਗੇ ਉਨੇ ਸਿਆਣੇ ਰਹਿਣਗੇ। ਰਿੰਟੂ ਸਾਹਿਬ, ਇੱਕ ਗੱਲ ਬਾਰ ਬਾਰ ਆਉਂਦੀ ਹੈ ਕਿ ਕਿਸਾਨ ਦਾ ਸਮਰਥਨ ਪਹਿਲਾਂ ਵੀ ਕਾਂਗਰਸ ਕਰ ਰਹੀ ਸੀ, ਲੇਕਿਨ ਕਿਤੇ ਨਾ ਕਿਤੇ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਕਿਸਾਨ ਜਿਹੜਾ ਹੈ ਪੋਲੀਟੀਕਲ ਪਾਰਟੀਜ਼ ਨੂੰ ਕਿਉਂ ਨਹੀਂ ਪਸੰਦ ਕਰ ਰਿਹਾ? ਦੇਖੋ, ਕਾਂਗਰਸ ਕਿਸਾਨਾਂ ਦੇ ਨਾਲ ਸੀ, ਨਾਲ ਹੈ, ਨਾਲ ਰਹੇਗੀ। ਉਹ ਪਸੰਦ ਕਰਨ ਨਾ ਕਰਨ, ਅਸੀਂ ਆਪਣੇ ਕਿਸਾਨਾਂ ਨੂੰ ਪਸੰਦ ਕਰਦੇ ਹਾਂ ਉਹਨਾਂ ਦੇ ਨਾਲ। ਤਾਂ ਬਿਲਕੁਲ, ਇਹ ਸਨ ਸਾਡੇ ਨਾਲ ਕਰਮਜੀਤ ਸਿੰਘ ਰਿੰਟੂ ਜੋ ਕਿ ਅੰਮ੍ਰਿਤਸਰ ਤੋਂ ਮੇਅਰ ਨੇ। ਇਹਨਾਂ ਦਾ ਇੱਕੋ ਗੱਲ ਕਹਿਣਾ ਹੈ ਕਿ ਕਿਸਾਨ ਬੇਸ਼ੱਕ ਅਗਰ ਪਾਰਟੀਆਂ ਨੂੰ ਨਹੀਂ ਪਸੰਦ ਕਰਦੀ, ਲੇਕਿਨ ਉਹ ਬਿਲਕੁਲ ਉਹਨਾਂ ਦੇ ਸਮਰਥਨ ਦੇ ਲਈ ਉਹਨਾਂ ਦੇ ਨਾਲ ਖੜੇ ਨੇ, ਉਹਨਾਂ ਦੀ ਜੰਗ ਦੇ ਵਿੱਚ ਉਹਨਾਂ ਦੀ ਜੰਗ ਲੜ ਰਹੇ ਨੇ, ਤਾਂ ਇਹ ਉਦੋਂ ਤੱਕ ਜੰਗ ਜਾਰੀ ਰਹੇਗੀ ਜਿੰਨੀ ਦੇਰ ਤੱਕ ਇਹ 3 ਕਾਲੇ ਕਾਨੂੰਨ ਜਿਹੜੇ ਨੇ ਰੱਦ ਨਹੀਂ ਕੀਤੇ ਜਾਂਦੇ। ਵੀਡੀਓ ਜਰਨਲਿਸਟ ਮਨੋਜ ਭਗਤ ਨਾਲ ਵਿਸ਼ਾਲ ਸ਼ਰਮਾ, ਲਾਈਵ ਭਾਰਤ, ਅੰਮ੍ਰਿਤਸਰ।